ਹਾਂਜੀ ਦੋਸਤੋ, ਮੋਦੀ ਨੇ ਫਿਰ ਲਿਆ ਪੰਗਾ। ਟਰੱਕਾਂ ਵਾਲੇ ਵੀਰਾਂ ਨੇ ਕੀਤਾ ਮੋਦੀ ਦੇ ਅਤੇ ਪੂਰੇ ਭਾਰਤ ਦੇ ਨੱਕ ਦੇ ਵਿੱਚ ਦਮ। ਦਰਅਸਲ ਖਬਰ ਇਹ ਆ ਕਿ ਮੋਦੀ ਜਿਵੇਂ ਕਿ ਨਵੇਂ ਨਵੇਂ ਕਾਨੂੰਨ ਕੱਢਣ ਦੇ ਲਈ, ਬਣਾਉਣ ਦੇ ਲਈ ਜਾਣਿਆ ਜਾਂਦਾ, ਜਿਸ ਨੂੰ ਕਿ ਉਹ ਫਿਰ ਤੋਂ ਵਾਪਸ ਵੀ ਲੈ ਲੈਂਦਾ ਜਦੋਂ ਲੋਕ ਉਸ ਦੇ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਆ, ਤਾਂ ਜਲਦੀ ਹਾਰ ਵੀ ਮੰਨ ਲੈਂਦਾ। ਦਰਅਸਲ ਪੂਰੀ ਖਬਰ ਇਹ ਆ ਕਿ ਮੋਦੀ ਨੇ ਅਤੇ ਉਸਦੇ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ। ਕਾਨੂੰਨ ਇਹ ਆ ਕਿ ਜੇਕਰ ਕਿਸੇ ਟਰੱਕ ਡਰਾਈਵਰ ਕੋਲੋਂ ਕੋਈ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ, ਤਾਂ ਅਜਿਹੀ ਹਾਲਤ ਦੇ ਵਿੱਚ ਟਰੱਕ ਡਰਾਈਵਰ ਨੂੰ ਬਿਨਾਂ ਕੋਈ ਸੁਣਵਾਈ ਕੀਤੇ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨਾ ਕੀਤਾ ਜਾਊਗਾ। ਜਿਵੇਂ ਹੀ ਇਹ ਕਾਨੂੰਨ ਪਾਸ ਹੋਇਆ ਤਾਂ ਟਰੱਕ ਡਰਾਈਵਰਾਂ ਨੇ ਪੂਰੇ ਇੰਡੀਆ ਨੂੰ ਜਾਮ ਕਰ ਦਿੱਤਾ, ਆਪਣਾ ਢੋਆ ਢੁਆਈ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ। ਫਿਰ ਕੀ ਸੀ, ਕੁਝ ਕੁ ਹੀ ਘੰਟਿਆਂ ਦੇ ਵਿੱਚ ਇੰਡੀਆ ਦਾ ਸਾਰਾ ਸਿਸਟਮ ਹਿੱਲ ਗਿਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਢੋਆ ਢੁਆਈ ਦਾ ਸਾਰਾ ਕੰਮ ਟਰੱਕਾਂ ਰਾਹੀਂ ਕੀਤਾ ਜਾਂਦਾ, ਚਾਹੇ ਆਪਾਂ ਪੈਟਰੋਲ ਦੀ ਗੱਲ ਕਰ ਲਈਏ, ਸਬਜ਼ੀਆਂ ਦੀ ਗੱਲ ਕਰ ਲਈਏ, ਹੋਰ ਅਨਾਜ ਦੀ ਗੱਲ ਕਰ ਲਈਏ, ਜਾਂ ਜਿਹੜਾ ਦੂਰੋਂ ਸਮਾਨ ਇੱਧਰ ਉੱਧਰ ਹੁੰਦਾ, ਸਭ ਕੁਝ ਰੁਕ ਗਿਆ ਅਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ। ਸੋ ਕਿਹਾ ਇਹ ਵੀ ਜਾ ਰਿਹਾ ਕਿ ਉਸ ਤੋਂ ਬਾਅਦ ਮੋਦੀ ਸਰਕਾਰ ਨੇ ਆਪਣੇ ਕਾਨੂੰਨਾਂ ਦੇ ਵਿੱਚ ਯੂ ਟਰਨ ਲੈਣ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ। ਦੋਸਤੋ ਗੱਲ ਕਰੀਏ ਤਾਂ ਮੋਦੀ ਸਾਹਿਬ, ਆਪਾਂ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਬਿੱਲ ਪਾਸ ਕਰਕੇ ਕਿਸਾਨਾਂ ਦੇ ਨਾਲ ਟੱਕਰ ਲੈ ਚੁੱਕੇ ਆ। ਕਿਸਾਨਾਂ ਨੂੰ ਇਸ ਦੇ ਲਈ ਇੱਕ ਲੰਬੀ ਲੜਾਈ ਲੜਨੀ ਪਈ ਸੀ, ਪਰ ਮੋਦੀ ਨੂੰ ਕਿਸਾਨਾਂ ਨੇ ਆਪਣੀ ਜਿੱਦ ਦੇ ਅੱਗੇ ਝੁਕਾਇਆ ਵੀ ਸੀ, ਇਹ ਵੀ ਆਪਾਂ ਜਾਣਦੇ ਹਾਂ। ਕਿਸਾਨਾਂ ਨੇ ਹਾਰ ਨਹੀਂ ਮੰਨੀ ਸੀ, ਦਿੱਲੀ ਜਾ ਕੇ ਧਰਨਾ ਲਾਇਆ ਸੀ ਅਤੇ ਇਹ ਧਰਨਾ ਲੰਬਾ ਚੱਲਿਆ ਸੀ, ਜਿਸ ਤੋਂ ਬਾਅਦ ਮੋਦੀ ਨੇ ਹਾਰ ਮੰਨ ਕੇ ਇਹ ਕਾਨੂੰਨ, ਜਿਹੜੇ 3 ਕਾਨੂੰਨ ਬਣਾਏ ਸੀ, ਉਹਨਾਂ ਨੂੰ ਵਾਪਸ ਲਿਆ ਸੀ। ਹੁਣ ਕਿਹਾ ਜਾ ਰਿਹਾ ਕਿ ਜਿਹੜਾ ਟਰੱਕਾਂ ਵਾਲਿਆਂ ਲਈ ਜਿਹੜਾ ਕਾਨੂੰਨ ਬਣਾਇਆ ਸੀਗਾ, ਉਹ ਵੀ ਵਾਪਸ ਲੈਣ ਦੀ ਸਲਾਹ ਹੋ ਰਹੀ ਹੈ, ਜਾਂ ਕਹਿ ਦਈਏ ਕਿ ਲਗਭਗ ਵਾਪਸ ਲੈ ਲਿਆ ਗਿਆ। ਸੋ ਦੋਸਤੋ ਗੱਲ ਕਰੀਏ ਤਾਂ ਇਹ ਕਾਨੂੰਨ ਬਣਾਇਆ ਕਿਉਂ ਗਿਆ ਸੀ, ਕਿਤੇ ਨਾ ਕਿਤੇ ਕਹਿ ਲਈਏ ਤਾਂ ਕੁਝ ਹੱਦ ਤੱਕ ਇਹ ਕਾਨੂੰਨ ਜਾਇਜ਼ ਵੀ ਸੀ, ਕਿਉਂਕਿ ਆਪਾਂ ਜਾਣਦੇ ਹਾਂ ਕਿ ਕੁਝ ਕੁ ਟਰੱਕਾਂ ਵਾਲੇ ਜਾਂ ਹੈਵੀ ਵਹੀਕਲ ਵਾਲੇ ਲਾਪਰਵਾਹੀ ਕਰਦੇ ਆ, ਜਿਸ ਦੇ ਵਿੱਚ ਹਰ ਸਾਲ ਬਹੁਤ ਸਾਰੇ ਨਿਰਦੋਸ਼ ਲੋਕ ਜਾਨ ਗੁਆ ਬੈਠਦੇ ਆ, ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ। ਉਸ ਦੇ ਲਈ ਇਹ ਕਾਨੂੰਨ ਬਣਾਇਆ ਸੀ, ਪਰ ਕਿਤੇ ਨਾ ਕਿਤੇ ਕਦੇ ਨਾ ਕਦੇ ਇਹੋ ਜਿਹਾ ਵੀ ਹੁੰਦਾ, ਜਦੋਂ ਕਿਸੇ ਹੋਰ ਦੀ ਅਣਗਹਿਲੀ ਕਰਕੇ ਟਰੱਕਾਂ ਦੇ ਵਿੱਚ ਕੋਈ ਚੀਜ਼ ਆ ਟਕਰਾਉਂਦੀ ਆ, ਉਸ ਹਾਲਤ ਦੇ ਵਿੱਚ ਵੀ ਜੇਕਰ ਟਰੱਕਾਂ ਵਾਲਿਆਂ ਨੂੰ ਇੱਦਾਂ ਦੀ ਸਜ਼ਾ ਦਿੱਤੀ ਜਾਊਗੀ ਤਾਂ ਉਹ ਗਲਤ ਗੱਲ ਆ, ਕਿਉਂਕਿ ਇਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ, ਕਿਉਂਕਿ ਪੂਰਾ ਦੇਸ਼ ਇਹਨਾਂ ਦੇ ਸਿਰ 'ਤੇ ਵੀ ਚੱਲਦਾ, ਢੋਆ ਢੁਆਈ ਕਰਦੇ ਆ ਸਾਰਾ ਦਿਨ, ਫਿਰ ਹੀ ਜਾ ਕੇ ਸਾਡੇ ਘਰਾਂ ਦੇ ਤੱਕ ਲੋੜੀ ਦਾ ਸਮਾਨ ਪੁੱਜਦਾ। ਦੋਸਤੋ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਜਿਹੜੇ ਮੋਦੀ ਨੇ ਕਾਨੂੰਨ ਬਣਾਇਆ ਸੀ ਉਹ ਸਹੀ ਸੀ ਜਾਂ ਗਲਤ, ਕਿ ਟਰੱਕਾਂ ਵਾਲਿਆਂ ਨੇ ਜਿਹੜਾ ਧਰਨਾ ਦਿੱਤਾ ਆਪਣੇ ਹੱਕਾਂ ਦੇ ਲਈ ਜਾਇਜ਼ ਸੀ ਜਾਂ ਨਹੀਂ, ਕਿਉਂਕਿ ਆਪਾਂ ਜਾਣਦੇ ਹਾਂ ਕਿ ਕੱਲ੍ਹ ਸਾਰੇ ਪੈਟਰੋਲ ਪੰਪਾਂ ਦੇ ਉੱਪਰੋਂ ਤੇਲ ਖਤਮ ਹੋ ਗਿਆ ਸੀ, ਜਿਸ ਦੇ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜੇਕਰ ਤੁਸੀਂ ਟਰੱਕਾਂ ਵਾਲਿਆਂ ਦੀ ਸਪੋਰਟ ਦੇ ਵਿੱਚ ਹੈ ਤਾਂ ਇਸ ਵੀਡੀਓ ਦੇ ਉੱਪਰ 1000 ਲਾਈਕ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।